ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ। ਅੱਜ ਅਸੀਂ ਸਫਰੇ ਸ਼ਹਾਦਤ 'ਤੇ ਜਿਸ ਸਥਾਨ ਦੀ ਯਾਤਰਾ ਕਰ ਰਹੇ ਹਾਂ, ਉਹ ਸਥਾਨ ਹੈ ਗੁਰਦੁਆਰਾ ਸ਼੍ਰੀ ਕੋਤਵਾਲ ਵਾਲੀ ਸਾਹਿਬ ਮੋਰਿੰਡਾ। ਸਰਸਾ ਨਦੀ ਤੋਂ ਵਿਛੜਨ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਕੰਮਾਂ ਮਾਸ਼ਕੀ ਦੀ ਛੰਨ ਦੇ ਵਿੱਚ ਰਾਤ ਬਿਤਾਉਣ ਤੋਂ ਬਾਅਦ ਅੱਗੇ ਸਫ਼ਰ ਦੌਰਾਨ ਉਹ ਪਾਪੀ ਗੰਗੂ ਦੇ ਨਾਲ ਸਿਹੜੀ ਪਿੰਡ ਪਹੁੰਚੇ, ਜਿੱਥੇ ਉਸਦੀ ਬਦਨੀਅਤ ਨੇ ਚੋਰੀ ਕਰਨ ਤੋਂ ਬਾਅਦ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਇਸ ਮੋਰਿੰਡੇ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ ਕਿ ਗੁਰੂ ਸਾਹਿਬਾਂ ਦੇ ਮਾਤਾ ਜੀ ਅਤੇ ਛੋਟੇ ਫਰਜੰਦ ਮੇਰੇ ਘਰ ਵਿੱਚ ਹਨ, ਤੁਸੀਂ ਉਹਨਾਂ ਨੂੰ ਪਕੜ ਲਵੋ। ਉਸ ਸਮੇਂ ਦੇ ਮੌਜੂਦ ਥਾਣੇਦਾਰ ਜਾਨੀ ਖਾਂ ਅਤੇ ਮਾਨੀ ਖਾਂ ਨੇ ਬੱਚਿਆਂ ਨੂੰ ਪਕੜ ਕੇ ਇਸ ਕੋਤਵਾਲੀ ਵਿੱਚ 9 ਪਹੁ ਦੀ ਠੰਡੀ ਰਾਤ ਨੂੰ ਰੱਖਿਆ, ਜਿੱਥੇ ਉਹਨਾਂ ਨੂੰ ਕੁਛ ਨਾ ਖਾਣ ਨੂੰ ਨਾ ਪਾਉਣ ਨੂੰ ਦਿੱਤਾ ਗਿਆ। ਭੁੱਖੇ ਪਾਣੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਇਸ ਕੋਤਵਾਲੀ ਵਿੱਚ 9 ਪਹੁ ਦੀ ਉਸ ਸਰਦ ਰਾਤ ਦਾ ਸਮਾਂ ਬਿਤਾਇਆ। ਇਹ ਹੈ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ। ਦਰਸ਼ਨ ਕਰੋ ਇਸ ਸਥਾਨ ਦੇ, ਕਿਉਂਕਿ ਇਸ ਸਥਾਨ 'ਤੇ ਸਿੱਖ ਧਰਮ ਦੇ ਬਾਨੀ ਦੇ ਮਾਤਾ ਜੀ ਅਤੇ ਛੋਟੇ ਫਰਜ਼ੰਦ ਨੇ 9 ਪਹੁ ਦੀ ਰਾਤ ਬਿਤਾਈ ਸੀ, ਇਸ ਲਈ ਇਹ ਸਾਡੇ ਲਈ ਪਵਿੱਤਰ ਸਥਾਨ ਬਣ ਗਿਆ। ਕੱਚੀ ਘੜੀ ਦੀ ਯਾਦ ਨੂੰ ਤਾਜ਼ਾ ਕਰਦਾ ਇਹ ਚਿੱਤਰ। ਇਹ ਪੁਰਾਤਨ ਕੋਤਵਾਲੀ ਸਾਹਿਬ ਦੇ ਇਤਿਹਾਸਿਕ ਦਰਵਾਜ਼ੇ ਹਨ, ਜੋ ਉਸ ਸਮੇਂ ਦੇ ਦੱਸੇ ਜਾਂਦੇ ਹਨ। ਜ਼ਰੂਰ ਹੀ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਹਸਤ ਅਤੇ ਚਰਨ ਇਹਨਾਂ ਦਰਵਾਜ਼ਿਆਂ ਨੂੰ ਛੂਹੇ ਹੋਣਗੇ। ਇੱਕ ਰਾਤ ਇੱਥੇ ਗੁਜ਼ਰਨ ਤੋਂ ਬਾਅਦ ਸਵੇਰ ਹੁੰਦਿਆਂ ਹੀ ਮਾਤਾ ਗੁਜਰ ਕੌਰ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰੰਦ ਵਿਖੇ ਲਿਜਾਇਆ ਗਿਆ। ਮਿਲਦੇ ਹਾਂ ਅਸੀਂ
ਇਸ ਤੋਂ ਅਗਲੇ ਸਫ਼ਰ ਦੀ ਵੀਡੀਓ ਦੇ ਨਾਲ। ਤਦ ਤੱਕ ਖੁਦਾ ਹਾਫਿਜ਼, ਖੁਦਾ ਹਾਫਿਜ਼।